परमेश्वर बार बार पट्टी वाला जय कुश्ती जीता व्यंग कमेटी समापन राजा हरी शर्मा जी और ना तरफ गया रहा सोच रहा बड़ा मार्च मारे रहा परमेश्वर का किता जाना तो चले भी कुश्ती बता दे तेरा गबरू आदर में है बेचूरे कौन जीता कौन हरता है बात में समय नहीं होनी है क्या टोल बजे तो पापों पर जाती चुकन लग रही है आज मैं चेतन इतना चोटा लगा दे नचे लग रही है अम्बरा चेतन शोर जाए तांतरे बजी जीता क्या मैं हम पता पंजाबी आज शोक में नुकसान मैं हम पता पंजाबी सब तो मैंने कुछ नहीं देखा बड़ी था शाबाश शाबाश अगर मैं इधर से पढ़ना भी बड़ा बढ़िया मत आता जाता शाबाश शाबाश पहलवानों लाओ ना बेटे करो कुछ तेरा फैसला शाबाश शाबाश भाई नरेंद्र पहलवान खड़ा थे वाह भी वाह उधर सामने के नौजवान निकल के आ गया बड़ी बढ़िया कुश्ती है दोनों बल आमा सामने है नरेंद्र नरेंद्र बोल गया शिवेनु बुलाओ जी शिवा भाई शिवा बाबर महाराष्ट्र दिल जाए डाबे तैयार होके नाही मेजर दे बिनिया भी आते हो दिल तैयार होके शाबाश शाबाश तो चलिए भी कुश्ती में डाल दीजिए नौजवान है दरमियान है बाकी देखने कौन जीतता कौन हारता बात तो समय भी होनी है कि अमृत कर तब का गुजरी तक तक सीधा करके और पहले मासले का गुदिया फर देने अरे अरे भाई सार के लोगी देख दे सुखिया ने आनो फर के बेटा जोरा वाले जोर पर खदे फिर चमदाने खर के भाई जोरा वाले जोर पर खदे फिर चमदाने खर के और जब अशोक बगड़ी ने खाने को भी सलामी दी है आधे रिटायर्ड डीसी साहब एंड एक कांग्रेस कैंडिडेट है फैसले होने हैं इस समान सू ये भी किस्मत का है इस समान सू आज मंदिर आ गया परले पासे ते हेठले पासे आज दीपक है शाबाश शाबाश तो चलिए हम उसके बता दे जना गबरू अंदर में है देखते हैं कौन जीतता कौन हारता बात तो समय भी होनी है कि खचरा दे लग गई सट्टे मित्रों ओ कोड़े दे दो तल लटाइया जानियां के पाना करीदा बड़े बुढ़े होंदा ਔਰ ਪਿੰਗਾ ਲਿਖਾ ਜੁਰਾ ਤੇ ਪਾਇਆ ਜਾਂਦੀਆਂ ਕਿ ਜ਼ਿੰਦਗੀ ਦੇ ਖਾਦੇ ਬੜੇ ਧੋਖੇ ਮਿੱਤਰੋ ਕਿ ਸਜੇ ਪਰ ਰਵਾ ਬਾਂਗੂ ਇਤਬਾਰ ਕਰਕੇ ਔਰ ਜਿਨੇ ਰਗੇ ਥੋੜੇ ਟੋਪੀ ਵਾਲੇ ਖੇਲਣੇ ਹੁਣ ਦਿਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਦੇ ਹੁਣ ਦਿਲੇ ਬੰਦੇ ਜ਼ਿੰਦਗੀ ਚੋਂ ਬਾਹਰ ਕਰਦੇ ਲਓ ਭਾਈ ਸ਼ਿਵਾਲੀ ਬੁਲਗਾ ਫੋਟੋ ਕਰਵਾ ਲਓ ਦੋਨੋਂ ਵਾਲਾ ਜੀ ਇੱਧਰ ਆ ਜਾਓ ਇੱਧਰ ਕੋਚ ਬਾਗਵਾ ਧੰਨਵਾਦ ਕਰ ਰਹੇ ਆ ਬਹੁਤ ਵਧੀਆ ਫਿਕਰ ਕਰਾਇਆ ਏਟਲ ਭਾਜੀ ਨੇ ਤੁਸੀਂ ਕਿਹੜਾ ਸੰਪਰਕ ਕਰ ਸਕਦੇ ਹੈ ਪੰਜਾਬੀ ਵਾਲੇ ਵੱਲੋਂ ਇਸ ਸਾਲ ਵੱਡੇ ਮਾਰਸ਼ਲ ਆਰਟ ਹੋਣਗੇ ਕਹਿ ਲਓ ਵੀ ਜਿੱਥੇ ਪਹਿਲਾਂ ਟਰੈਕ ਸੂਟ ਰੱਖਿਆ ਮਾਰਸ਼ਲ ਆਰਟ ਕੀਤਾ ਤਾਂ ਇਸ ਸਾਲ ਕਹਿ ਲਓ ਵੀ ਠੀਕ ਓਕੇ ਹਾਂ ਚਾਂਦੀ ਦਾ ਕੜਾ ਜਾਂ ਸੋਨੇ ਦੀ ਅੰਗੂਠੀ ਹੋ ਸਕਦੀ ਹੈ ਇਹ ਨੋਟ ਕਰਿਓ ਹਾਂ ਇਹ ਜ਼ਿਆਦਾ ਵੱਡਾ ਮਾਰਸ਼ਲ ਹੋਏਗਾ ਪੰਜਾਬੀ ਦੀ ਧਰਤੀ 15 ਦਸੰਬਰ ਭਾਈ ਜਿਹੜੇ ਵੀ ਰੋਡ ਤੇ ਗੱਡੀਆਂ ਵੀ ਖੜੀ ਕਰਕੇ ਆਏ ਆ ਤੁਸੀਂ ਗੱਡੀਆਂ ਸਾਈਡ ਕਰ ਲਿਆ ਰੋਡ ਜਿਹੜਾ ਬਿਲਕੁਲ ਬਲਾਕ ਹੋ ਗਿਆ ਹਾਂ ਐਸਓ ਤੋਂ ਸਾਹਿਬ ਜੀ ਹੋਣੀ ਗੱਡੀ ਜਿਹੜੀ ਉਹਨਾਂ ਨੇ ਜਾਣਾ ਆਪਣੀ ਗੱਡੀ ਜਿਹੜੀ ਥੋੜੀ ਜਿਹੀ ਸਾਈਡ ਕਰ ਲਿਓ ਜਾ ਕੇ ਰੋਡ ਜਿਹੜਾ ਬਿਲਕੁਲ ਬਲਾਕ ਹੋ ਗਿਆ ਸ਼ਾਬਾਸ਼ ਸ਼ਾਬਾਸ਼ ਵਾਹ ਵੀ ਵਾਹ ਲੋ ਚਾਹੁੰਦੇ ਵੀ ਕੁਸ਼ਤੀ ਮੈਦਾਨ ਦੇ ਵਿੱਚ ਜਾਣਾ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇਂ ਦੀ ਹੋਣੀ ਹੈ
ਕਹਿੰਦਾ ਸ਼ੇਰੀ ਨੂੰ ਖੋਜ ਮੈਂ ਬੱਬਰ ਸ਼ੇਰੀ ਬਾਟਾ ਏ ਉਹ ਚੁੱਪ ਰਹੇ ਮੈਂ ਜਾ ਬੱਚਾ ਬੱਟਾ ਹੋ ਕੇ ਮਾਰੀ ਜਾਂਦਾ ਏ ਕਿ ਬਾਜਾ ਤੋਂ ਪਾਣੀ ਜੰਮਦੇ ਨਾ ਕੇ ਬੱਚੇ ਕਾਵਾਂਗੇ ਓ ਜਿੰਦ ਸਵਾਰਿਆ ਦੇ ਓਏ ਹੋਏ ਹੋਏ ਕੁਸ਼ਤੀ ਲੜਦੇ ਨੇ ਹੁਣ ਤਾਂ ਪੰਜਾ ਪਰ ਮਾਮਾ ਦੇ ਆ ਉੱਪਰਲੇ ਪਾਸੇ ਕੌਣ ਹੈ ਕਹਿੰਦੇ ਪਰਮਿੰਦਰ ਆ ਪੱਟੀ ਦੀ ਧਰਤੀ ਦਾ ਤੇ ਨਾਲ ਹਰ ਸ਼ੀਦਾ ਤੋਂ ਮਾਰਨੇ ਵਾਲਾ ਭਾਈ ਫੋਟੋ ਕਰਵਾ ਲਿਓ ਬਲੀ ਦਾ ਜਿਵੇਂ ਆਏ ਤਾਂ ਘਰੇ ਨਾਲ ਹੀ ਫੋਟੋ ਕਰਵਾ ਲਿਓ ਭਾਈ ਦੀਪਕ ਬਾਹਰ ਨਹੀਂ ਆਉਣਾ ਵੱਲੋਂ ਟੋਲੀ ਵਿੱਚ ਟੋਲੀ ਆਦਰ ਜਿਹੜਾ ਬਣੀ ਤੇ ਦੀਪਕ ਭਾਈ ਬੜਾ ਖੱਡਾ ਹਾਂ ਚਲੋ ਸ਼ਾਬਾਸ਼ ਭਾਈ ਨੋਟ ਕਰੋ ਜੀ ਛੇਵੇਂ ਵਾਲੀ ਫੋਟੋ ਕਰਵਾ ਲਿਓ ਬਲੀ ਦਾ ਜੰਗਲ ਕਮੇਟੀ ਧਿਆਨ ਦਿਓ ਜੀ ਸਰਦਾਰ ਸਾਹਿਬ ਮੰਦਿਰ ਜਿੱਤਦਾ ਤਾਂ ਰੁਪਈਆ 500 ਹੈ ਨਹੀਂ ਓਰੀਸਾ ਮੰਦਿਰ ਦੇਣੀਆਂ ਵਾਹ ਬਈ ਵਾਹ ਉਧਰ ਸੁਨੈਲ ਵਾਲਾ ਗੁੱਡੂ ਸਾਡਾ ਭਰਾ ਜੰਗਲ ਕਮੇਟੀ ਸੁਨੈਲ ਜੇਜੇ ਘਰ ਤੇ ਪੁੱਜਿਆ ਜਿਹੜੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਤੋਂ ਅਚਨਚੇ ਤੌਰ ਤੇ ਪਾਰਟੀ ਹਾਜ਼ਰੀ ਲਵਾਈ ਹੈ 1000 ਰੁਪਏ ਦੇ ਵੱਡੇ ਮਾਣ ਪੌਦੇ ਕਰ ਰਹੇ ਨੇ ਬੋਲਣ ਲਈ ਬਹੁਤ ਬਹੁਤ ਧੰਨਵਾਦ 1000 ਦੇ ਵੱਡੇ ਮਾਣ ਸਾਡੇ ਆਸ਼ਿਕ ਕੁਮਾਰ ਭਗਤ ਜੀ ਰਿਟਾਇਰਡ ਡੀਸੀ ਸਾਹਿਬ ਵੱਡੇ ਮਾਣ ਪੌਦੇ ਕਰਦੇ ਹੈ ਵਾਕਿਆ ਡੀਸੀ ਕੋਈ ਕੋਈ ਲੱਗਦਾ ਹੈ ਕੱਲ ਵੀ ਡਿਸਟ੍ਰਿਕਟ ਕਲੈਕਟਰ ਕੋਈ ਕੋਈ ਲੱਗਦਾ ਹੈ ਵਾਕਿਆ ਹਾਂ ਬੜੇ ਦਿੱਗੇ ਸਵਾਦੇ ਮਾਣ ਹੈ ਬਹੁਤ ਬਹੁਤ ਧੰਨਵਾਦ ਬਾਕੀ ਦਾ ਕਿਸਮਤ ਹੈ ਬਾਕੀ ਕਿਸਮਤ ਹੁੰਦੀ ਹੈ ਕਿਉਂਕਿ ਜਿਹੜੇ ਯੁੱਧ ਹੁੰਦਾ ਉਹਦੇ ਵਿੱਚ ਕੁਛ ਨਹੀਂ ਪਤਾ ਲੱਗਦਾ ਜਿਹੜੇ ਯੁੱਧ ਹੁੰਦੇ ਆ ਪਰ ਸਮਾਂ ਦੱਸੇਗਾ 8 ਅਕਤੂਬਰ ਨੂੰ ਪਤਾ ਲੱਗਣਾ ਗੁੱਗੂ ਪੁੱਜਿਆ ਸਾਡਾ ਭਰਾ ਟੋਕ ਨਗਰ ਕਮੇਟੀ ਵਾਲਾ ਬਹੁਤ ਬਹੁਤ ਧੰਨਵਾਦ ਹੈ ਹੈਲੋ ਉਧਰ ਬੈਠੇ ਕਮੇਟੀ
ਬਾਅਦ ਵੱਡਾ ਮਾਨ ਸਮਾਨ ਕੀਤਾ ਜਾਣਾ ਹੈ। ਸਮਾਂ ਦੰਗਲ ਕਮੇਟੀ ਵੱਲੋਂ ਲਹਿਰ ਦੰਗਲ ਕਮੇਟੀ ਦਾ ਮਾਨ ਸਮਾਨ ਕੀਤਾ ਜਾਣਾ ਹੈ। ਵਾਹ ਵੀ ਵਾਹ, ਵੱਡੇ ਮਾਨ ਵੱਡੇ ਮਾਨ ਸਮਾਨ ਦੀ ਜਿਹੜੀ ਗੱਲ ਹੋ ਰਹੀ ਹੈ, ਦੰਗਲ ਕਮੇਟੀ ਸਮਾਂ ਵੱਲੋਂ ਦੰਗਲ ਕਮੇਟੀ ਲਹਿਰ ਦਾ ਵੱਡਾ ਮਾਨ ਸਮਾਨ ਕੀਤਾ ਜਾਣਾ ਹੈ। ਯਾਦਗਾਰੀ ਤਸਵੀਰਾਂ ਦੀ ਵੀ ਗੱਲ ਹੈ, ਪਰ ਉਧਰਲੇ ਪਾਸੇ ਆਪਾਂ ਵੇਖਦੇ ਵੀ ਚੱਲਦੀ ਹੋਈ ਕੁਸ਼ਤੀ, ਇੱਕ ਪਾਸੇ ਪਰਮਿੰਦਰ ਤੇ ਰਸ਼ੀਦ ਹੈ, ਯਾਦਗਾਰੀ ਤਸਵੀਰਾਂ ਲਹਿਰ ਵਾਲਿਆਂ ਵੱਲੋਂ ਸਾਡੀ ਲਹਿਰ ਦਾ ਵੱਡਾ ਮਾਨ ਸਮਾਨ ਕੀਤਾ ਜਾ ਰਿਹਾ ਹੈ। ਸਾਡੇ ਸਵਾਲ ਇਹਦਾ ਮਤਲਬ ਭਾਈ ਸਰਜੀਤ, ਤੇਰਾ 500 ਰੁਪਇਆ ਸਰਜੀਤ ਮੇਰੇ ਕੋਲੇ, ਸਰਜੀਤ ਰਿਆਸੀ ਹਾਂ, ਗੋਲੂ ਜੱਟ ਮਲੇਸ਼ੀਆ ਲਹਿਰ ਵਾਲਾ, ਗੋਲੂ ਜੱਟ ਮਲੇਸ਼ੀਆ ਜਿਸ ਭਰਾ ਨੇ ਕਹਿੰਦੇ ਪੁੱਜਦੇ ਕੀਤੇ ਹੈ, ਆਪ ਦਾ ਮਲੇਸ਼ੀਆ ਚ ਵਸਦਾ ਵੀਰ, ਉਹਦੇ ਵੱਲੋਂ ਜਿਹੜਾ 500 ਰੁਪਇਆ ਜਿਹੜਾ ਤੁਹਾਡਾ ਹੋਇਆ ਹੈ, ਆ ਬੇਨਤੀ ਭਰਾ ਆ ਕੇ ਜ਼ਰੂਰ ਪ੍ਰਾਪਤ ਕਰ ਦਿਓ। ਸ਼ਾਬਾਸ਼ ਸ਼ਾਬਾਸ਼, ਲਓ ਦਾਦੇ ਦੇ ਪਹਿਲਵਾਨੋ ਕਰੋ ਕੁਸ਼ਤੀ ਦਾ ਫੈਸਲਾ।